ਸਤਰੀਆ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਖਾਸ ਟੌਪ ਨਿਊਜ਼ ਬੁਲੇਟਨ ਦੇ ਨਾਲ ਮੈਂ ਹਰਸ਼ਰਨ ਕੌਰ ਇਸ ਖਾਸ ਬੁਲੇਟਨ ਦੇ ਵਿੱਚ ਅਸੀਂ ਹੁਣ ਤੱਕ ਦੀਆਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ ਸਭ ਤੋਂ ਪਹਿਲੀ ਖਬਰ ਪੰਜਾਬ ਪੁਲਿਸ ਦੇ ਵੱਲੋਂ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਜੁੜੀ ਸਾਰੀ ਅਪਡੇਟ ਤੁਹਾਨੂੰ ਦੇ ਦਿੰਦੇ ਹਾਂ 23 ਤਰੀਕ ਤੱਕ ਪੰਜਾਬ ਦੇ 6 ਜ਼ਿਲ੍ਹਿਆਂ ਦੇ ਉੱਤੇ ਇੰਟਰਨੈਟ ਅਤੇ ਐਸਐਮਐਸ ਸੇਵਾ ਦੇ ਉੱਤੇ ਪਾਬੰਦੀ ਵਿਧਾਈ ਗਈ ਸੀ ਅਤੇ 23 ਤਰੀਕ ਨੂੰ 2 ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਪੰਜਾਬ ਦੇ ਦੋ ਜ਼ਿਲ੍ਹੇ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਵਿੱਚ ਇੰਟਰਨੈਟ ਅਤੇ ਐਸਐਮਐਸ ਯਾਨੀ ਕਿ ਮੋਬਾਈਲ ਇੰਟਰਨੈਟ ਅਤੇ ਮੋਬਾਈਲ ਮੈਸੇਜ ਤੇ ਪਾਬੰਦੀ ਹੈ ਜਿਹੜੀ ਉਹ 24 ਮਾਰਚ ਦੁਪਹਿਰ 12 ਵਜੇ ਤੱਕ ਵਧਾ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਅਜਨਾਲਾ ਤੇ ਮੋਗਾ ਤੋਂ ਇਲਾਵਾ ਸਾਰੇ ਪੰਜਾਬ ਦੇ ਅੰਦਰ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਗਈ ਹੈ ਸਾਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਹੋਵੇ ਜਾਂ ਫਿਰ ਕੋਈ ਵੀ ਥਾ ਹੋਵੇ ਸਾਰੇ ਕਿਤੇ ਹੁਣ ਇੰਟਰਨੈਟ ਮੋਬਾਈਲ ਦਾ ਇੰਟਰਨੈਟ ਹੈ ਜਿਹੜਾ ਉਹ ਚਾਲੂ ਹੋ ਗਿਆ ਪੰਜਾਬ ਪੁਲਿਸ ਦੇ ਆਈਜੀ ਹੈੱਡਕੁਆਟਰ ਸੁਖਚੰਦ ਸਿੰਘ ਗਿੱਲ ਨੇ ਅਮਰਿਤਪਾਲ ਸਿੰਘ ਦੇ ਮੁੱਦੇ ਦੇ ਉੱਤੇ ਫੇਰ ਤੋਂ ਵੀਰਵਾਰ ਨੂੰ ਸ਼ਾਮ 5 ਵਜੇ ਪ੍ਰੈਸ ਕਾਨਫਰੰਸ ਕੀਤੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਈਜੀ ਸੁਖਚੰਦ ਸਿੰਘ ਨੇ ਕਿਹਾ ਦਾਵਾ ਕੀਤਾ ਕਿ ਅਮਰਿਤਪਾਲ ਸਿੰਘ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ 18 ਤਰੀਕ ਨੂੰ ਅਮਰਿਤਪਾਲ ਸਿੰਘ ਦੇ ਪਿੱਛੇ ਪੁਲਿਸ ਲੱਗੀ ਸੀ ਤੇ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਦਾਅਵਾ ਕੀਤਾ ਹੈ ਤੇ ਪਹਿਲੀ ਵਾਰੀ ਦਾਵਾ ਕੀਤਾ ਹੈ ਕਿ ਛੇਤੀ ਹੀ ਅਮਰਿਤਪਾਲ ਪੁਲਿਸ ਦੀ ਗ੍ਰਫਤ ਵਿੱਚ ਹੋਵੇਗਾ ਵੀਰਵਾ ਨੂੰ ਪੁਲਿਸ ਦੇ ਵੱਲੋਂ ਅਮਰਿਤਪਾਲ ਸਿੰਘ ਦੀ ਭਾਲ ਦਾ ਲਗਾਤਾਰ 6ਵਾਂ ਦਿਨ ਰਿਹਾ ਆਈਜੀ ਨੇ ਵੱਡੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵਿੱਚ ਹੁਣ ਤੱਕ 207 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਸੇ ਮਾਮਲੇ ਨੂੰ ਲੈ ਕੇ 30 ਜਣਿਆਂ ਦੇ ਖਿਲਾਫ ਅਪਰਾਧਿਕ ਪਰਚੇ ਦਰਜ ਹੋਣਗੇ ਪਰ 177 ਜਣਿਆਂ ਨੂੰ ਛੇਤੀ ਰਹਾ ਕਰ ਦਿੱਤਾ ਜਾਵੇਗਾ ਆਈਜੀ ਨੇ ਡਿਟੇਲ ਦੇ ਵਿੱਚ ਦੱਸਿਆ ਹੈ ਕਿ 207 ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਵਿੱਚੋਂ 30 ਉਹ ਲੋਕ ਨੇ ਜਿਹੜੇ ਕਿ ਅਮਰਿਤਪਾਲ ਦੇ ਬਹੁਤ ਕਰੀਬੀ ਨੇ ਜਾਂ ਫਿਰ ਅਮਰਿਤਪਾਲ ਦੇ ਬਹੁਤ ਖਾਸ ਸਨ ਉਹਨਾਂ ਦੇ ਖਿਲਾਫ ਹੀ ਕਹਿੰਦੇ ਅਸੀਂ ਕ੍ਰਾਈਮਨਲ ਜਿਹੜਾ ਲਾਅ ਹੈ ਉਹਦੇ ਤਹਿਤ ਕਾਰਵਾਈ ਕਰਾਂਗੇ ਬਾਕੀ ਸਾਰਿਆਂ ਨੂੰ ਅਸੀਂ ਛੇਤੀ ਰਹਾਅ ਕਰ ਦੇਵਾਂਗੇ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਿਹੜੇ ਅਮਰਿਤਪਾਲ ਨੂੰ ਵੈਸੇ ਹੀ ਸੁੱਤੇ ਸਿੱਧ ਫਾਲੋ ਕਰਦੇ ਨੇ ਉਹਨਾਂ ਨੂੰ ਬਿਲਕੁਲ ਪਰੇਸ਼ਾਨੀ ਕੀਤਾ ਜਾਏਗਾ ਸਿਰਫ ਉਹਨਾਂ ਲੋਕਾਂ ਨੂੰ ਹੀ ਜਾਂਚ ਦਾ ਹਿੱਸਾ ਬਣਾਇਆ ਜਾ ਰਿਹਾ ਹੈ ਜਿਹੜੇ ਇਸ ਮਾਮਲੇ ਦੇ ਵਿੱਚ ਡੁੰਗਾਈ ਦੇ ਨਾਲ ਜੁੜੇ ਹੋਏ ਨੇ ਯਾਨੀ ਕਿ ਅਮਰਿਤਪਾਲ ਦੀ ਜਥੇਬੰਦੀ ਦੇ ਨਾਲ ਜੁੜੇ ਹੋਏ ਸਨ ਇਸ ਗੱਲ ਦੀ ਕਹਿੰਦੇ ਪੂਰੀ ਜਾਂਚ ਪੁਲਿਸ ਕਰੇਗੀ ਕਿ ਕਿਹੜੇ ਬੰਦੇ ਹਾਰਡ ਅਤੇ ਕਿਹੜੇ ਬੰਦੇ ਇਨੋਸੈਂਟ ਨੇ ਯਾਨੀ ਕਿ ਕਿਹੜਿਆਂ ਦਾ ਡੁੰਗਾ ਸੰਬੰਧ ਹੈ ਤੇ ਕਿਹੜੇ ਅਸੀਂ ਬਿਨਾਂ ਕਿਸੇ ਦੋਸ਼ ਤੋਂ ਫੜ ਲਏ ਨੇ ਹਿਰਾਸਤ ਵਿੱਚ ਲੈਏਗੇ ਨੌਜਵਾਨਾਂ ਦੇ ਪਰਿਵਾਰ ਦੇ ਨਾਲ ਕਹਿੰਦੇ ਗੱਲਬਾਤ ਕੀਤੀ ਗਈ ਹੈ ਪਰ ਉਹਨਾਂ ਨੂੰ ਅਸੀਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਹਰਾਸ ਨਹੀਂ ਕੀਤਾ ਤੰਗ ਪਰੇਸ਼ਾਨ ਨਹੀਂ ਕੀਤਾ ਇਹ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਪੁਲਿਸ ਕਿਸੇ ਵੀ ਇਨੋਸੈਂਟ ਬੰਦੇ ਨੂੰ ਇਸ ਕੇਸ ਦੇ ਵਿੱਚ ਬੁੱਕ ਨਹੀਂ ਕਰੇਗੀ ਇਹ ਨਹੀਂ ਕਿ ਸਿਰਫ ਜਿਹੜੇ ਕੋਈ ਫਾਲੋਅਰ ਸੀਗੇ ਜਾਂ ਕੋਈ ਜਨਰਲੀ ਫਾਲੋ ਫਾਲੋ ਕਰਦੇ ਸੀ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਹਰਾਸ ਨਹੀਂ ਕੀਤਾ ਜਾਊਗਾ ਸਿਰਫ ਉਹੀ ਲੋਕ ਜਿਹੜੇ ਇਸ ਕੇਸ ਦੇ ਵਿੱਚ ਡੀਪਲੀ ਇਨਵੋਲਟ ਸੀਗੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇਹਦੇ ਵਿੱਚ ਹੁਣ ਤੱਕ ਜਿਹੜੇ 207 ਬੰਦੇ ਅਸੀਂ ਅਲੱਗ-ਅਲੱਗ ਜਗ੍ਹਾ ਦੇ ਉੱਤੇ ਇਸ ਕੇਸ ਦੇ ਵਿੱਚ ਇਸ ਐਪੀਸੋਡ ਦੇ ਵਿੱਚ ਡਿਟੇਨ ਕੀਤੇ ਆ ਇਸ ਸੈਕਸ਼ਨ ਦੇ ਵਿੱਚ ਉਹਨਾਂ ਵਿੱਚੋਂ 30 ਲੋਕ ਐਸੇ ਆ 30 ਬੰਦੇ ਐਸੇ ਆ ਜਿਹੜੇ ਕ੍ਰਿਮੀਨਲ ਕੇਸਿਸ ਦੇ ਵਿੱਚ ਜਿਨ੍ਹਾਂ ਦੀ ਗ੍ਰਿਫਤਾਰੀ ਪਾਈ ਜਾਏਗੀ ਬਾਕੀ 177 ਜਿਹੜੇ ਇੱਥੇ ਡਿਟੇਨ ਕੀਤੇ ਆ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਕਿ ਸਟੇਟ ਦੇ ਵਿੱਚ ਪੀਸ ਨੂੰ ਮੇਨਟੇਨ ਕਰਨ ਵਾਸਤੇ ਟੈਂਪਰਰੀ ਤੌਰ ਤੇ ਐਕਸ਼ਨ ਲਿਆ ਗਿਆ ਹੈ ਔਰ ਉਹ 177 ਨੂੰ ਅਸੀਂ ਵੈਰੀਫਾਈ ਕਰਕੇ ਜਲਦੀ ਅਸੀਂ ਰਿਲੀਜ਼ ਕਰਾਂਗੇ ਉਹਨਾਂ ਨੂੰ ਲੰਬਾ ਟਾਈਮ ਲਈ ਅੰਦਰ ਨਹੀਂ ਰੱਖਿਆ ਜਾਊਗਾ ਉਹਨਾਂ ਨੂੰ ਆਈਜੀ ਸੁਖਚਾਨ ਸਿੰਘ ਗਿੱਲ ਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਜਾਂ ਫਿਰ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਕੀਤੇ ਜਾ ਰਹੇ ਉਸ ਦਾਅਵੇ ਦਾ ਵੀ ਪੂਰੀ ਤਰ੍ਹਾਂ ਦੇ ਨਾਲ ਖੰਡਨ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਅਮਰਿਤਪਾਲ ਸਿੰਘ ਪੁਲਿਸ ਦੀ ਹਿਰਾਸਤ ਵਿੱਚ ਹੈ ਆਈਜੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਹੀ ਵਹਿਮ ਹੋਇਆ ਪਿਆ ਹੈ ਕਿ ਅਮਰਿਤਪਾਲ ਸਿੰਘ ਨੂੰ ਅਸੀਂ ਫੜ ਲਿਆ ਹੈ ਪਰ ਉਹਦੀਆਂ ਜਿਹੜੀਆਂ ਸੀਸੀਟੀਵੀ ਫੁਟੇਜ ਲਗਾਤਾਰ ਸਾਡੇ ਸਾਹਮਣੇ ਆ ਰਹੀਆਂ ਨੇ ਤੇ ਅਸੀਂ ਉਸ ਨੂੰ ਲਗਾਤਾਰ ਟ੍ਰੇਸ ਕਰ ਰਹੇ ਹਾਂ ਇਹ ਕਹਿੰਦੇ ਹੁਣ ਸਭ ਨੂੰ ਕਲੀਅਰ ਹੋ ਜਾਣਾ ਚਾਹੀਦਾ ਹੈ ਅਮਰਿਤਪਾਲ ਸਿੰਧੀ ਪਤਨੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਕਹਿੰਦੇ ਸਧਾਰਨ ਗੱਲਬਾਤ ਕੀਤੀ ਗਈ ਹੈ ਇਸ ਨੂੰ ਸੈਂਸੇਸ਼ਨਲ ਨਾ ਬਣਾਇਆ ਜਾਵੇ ਆਈਜੀ ਨੇ ਦਾਅਵਾ ਕੀਤਾ ਕਿ ਅਮਰਿਤਪਾਲ ਸਿੰਘ ਨੇ ਪੂਰਾ ਭੇਸ ਬਦਲ ਲਿਆ ਤੇ ਉਹ ਅਨ ਐਕਸਪੈਕਟਿਡ ਚੀਜ਼ਾਂ ਕਰ ਰਿਹਾ ਹੈ ਅਮਰਿਤਪਾਲ ਸਿੰਘ ਨੂੰ ਸੇਖੋਪੁਰਾ ਦੇ ਨੇੜੇ ਗੁਰੂ ਕਾਚ ਦੇਖਿਆ ਗਿਆ ਉਸ ਤੋਂ ਬਾਅਦ ਨਦੀ ਨੂੰ ਪਾਰ ਕਰਨ ਲਈ ਕਹਿੰਦੇ ਪਹਿਲਾਂ ਉਹਨਾਂ ਨੇ ਕਿਸ਼ਤੀ ਦੀ ਭਾਲ ਕੀਤੀ ਪਰ ਕਿਸ਼ਤੀ ਨਾ ਮਿਲਣ ਦੀ ਸੂਰਤ ਵਿੱਚ ਲਾਡੋਵਾਲ ਦੇ ਪੁਰਾਣੇ ਪੁਲ ਰਾਹੀਂ ਇਹਨਾਂ ਨੇ ਨਦੀ ਪਾਰ ਕਰ ਲਈ ਪੁਲਿਸ ਨੇ ਦਾਅਵਾ ਕੀਤਾ ਕਿ ਅਮਰਿਤਪਾਲ ਹਰਿਆਣਾ ਦੇ ਵਿੱਚ ਸੀ ਸੁਖਚੰਸ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਤਹਿਤ ਬਲਜੀਤ ਕੌਰ ਨਾਮ ਦੀ ਔਰਤ ਨੂੰ ਵੀ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਹੈ ਤੇ ਦਾਵਾ ਕੀਤਾ ਕਿ ਬਲਜੀਤ ਕੌਰ ਦੇ ਘਰੇ ਅਮਰਿਤਪਾਲ ਰੁਕਿਆ ਸੀ ਅਮਰਿਤਪਾਲ ਦਾ ਸਾਥੀ ਪਪਲਪ੍ਰੀਤ ਸਿੰਘ ਬਲਜੀਤ ਕੌਰ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ ਤੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਅਮਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਤਿੰਨ ਜਲੰਧਰ ਦਿਹਾਤੀ ਦੇ ਵਿੱਚ ਤਿੰਨ ਕੇਸ ਯਾਨੀ ਕਿ ਕੁੱਲ 6 ਕੇਸ ਦਰਜ ਹੋਏ ਨੇ ਨਾਲ ਹੀ ਇਹ ਵੀ ਦੱਸਿਆ ਕਿ ਹੁਣ ਤੱਕ ਦੀ ਸਾਰੀ ਪੁਲਿਸ ਕਾਰਵਾਈ ਦੇ ਵਿੱਚ 12 ਦੇ ਕਰੀਬ ਹਥਿਆਰ ਨੇ ਜਿਹੜੇ ਉਹ ਬਰਾਮਦ ਹੋਏ ਨੇ ਯਾਨੀ ਕਿ 200 ਤੋਂ ਵੱਧ ਲੋਕ ਗ੍ਰਿਫਤਾਰ ਹੋਏ ਨੇ 200 ਤੋਂ ਵੱਧ ਲੋਕ ਹਿਰਾਸਤ ਵਿੱਚ ਲੈ ਗਏ ਨੇ ਇਹਨਾਂ ਤੋਂ 12 ਹਥਿਆਰ ਜ਼ਬਤ ਕੀਤੇ ਗਏ ਨੇ ਤੇ ਇਸ ਪੂਰੇ ਕੇਸ ਦੀ ਅਗਲੀ ਜਾਂਚ ਕਹਿੰਦੇ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਠਾਰ ਲਈ ਹੋ ਸਕਦੀ ਹੈ ਔਰ ਉਸ ਕੇਸ ਦੇ ਵਿੱਚ ਫਿਰ ਇੱਕ ਲੇਡੀ ਆ ਬਲਜੀਤ ਕੌਰ ਜਿਹਨੂੰ ਹਰਿਆਣਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਉਸ ਲੇਡੀ ਨੂੰ ਕਸਟਡੀ ਚ ਲਿਆ ਗਿਆ ਉਹ ਲੇਡੀ ਦੀ ਪੁੱਛਗਿੱਛ ਤੋਂ ਅੱਗੇ ਫਰਦਰ ਇਹ ਗੱਲ ਚੱਲੀ ਕਿ ਜਿਹੜੀ 19 ਤਰੀਕ ਦੀ ਰਾਤ ਸੀਗੀ ਉਸ ਰਾਤ ਨੂੰ ਇਹ ਉਹਦੇ ਘਰ ਲੁਕਿਆ ਕੁਰਕhetra ਦੇ ਵਿੱਚ ਇਹ ਜਿਹੜੀ ਲੇਡੀ ਆ ਇਹ ਪਪਲਪ੍ਰੀਤ ਨੂੰ ਪਿਛਲੇ 22 ਸਾਲ ਤੋਂ ਜਾਣਦੀ ਸੀਗੀ ਬਲਜੀਤ ਕੌਰ ਆ ਲੇਡੀ ਦਾ ਨਾਮ ਔਰ ਇਹਨੇ ਕਿਹਾ ਕਿ 2.5 ਸਾਲ ਤੋਂ ਬਪਲਪਿਤ ਇਹਦੇ ਟੱਚ ਸੀਗਾ 19 ਤਰੀਕ ਨੂੰ ਕਰੀਬ ਰਾਤ ਨੂੰ ਉੱਥੇ ਪਹੁੰਚਿਆ ਉੱਥੇ ਰਾਤ ਰੁਕੇ ਆ ਉਥੋਂ ਦੀ ਵੀ ਇੱਕ ਸੀਸੀਟੀਵੀ ਫੁਟੇਜ ਸਾਨੂੰ ਮਿਲੀ ਹੈ ਜਿਹੜੇ ਨੇ ਅੰਮ੍ਰਿਤਸਰ ਰੂਰਲ ਦੇ ਵਿੱਚ ਤਿੰਨ ਕੇਸ ਰਜਿਸਟਰ ਹੋਏ ਆ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਲੰਧਰ ਰੂਰਲ ਦੇ ਵਿੱਚ ਵੀ ਤਿੰਨ ਕੇਸ ਰਜਿਸਟਰ ਹੋਏ ਆ 12 ਦੇ ਕਰੀਬ ਇਸ ਕੇਸ 'ਚ ਵੈਪਨ ਮਿਲੇ ਆ ਸਾਨੂੰ ਔਰ ਫਰਦਰ ਇਨਵੈਸਟੀਗੇਸ਼ਨ ਇਸ ਕੇਸ 'ਤੇ ਜਾ ਰਹੀ ਹੈ। ਆਈਜੀ ਨੇ ਵੀ ਜਾਣਕਾਰੀ ਦਿੱਤੀ ਕਿ ਇੱਕ ਹੋਰ ਵਿਅਕਤੀ ਤੇਜਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਹਦੀ ਪੁੱਛਗਿੱਛ ਕੀਤੀ ਗਈ ਹੈ ਤੇ ਉਹਦੀਆਂ ਮੋਬਾਈਲ ਐਕਟੀਵਿਟੀਆਂ ਤੋਂ ਮੋਬਾਈਲ ਡਿਟੇਲਸ ਤੋਂ ਕੁਝ ਤੱਥ ਸਾਹਮਣੇ ਆਏ ਨੇ ਜਿਥੋਂ ਪਤਾ ਲੱਗਦਾ ਹੈ ਕਿ ਲੋਕ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸਨ। ਕਹਿੰਦੇ ਕੁਝ ਥਾਵਾਂ ਦੀਆਂ ਵੀਡੀਓਜ਼ ਮਿਲੀਆਂ ਨੇ ਜਿੱਥੇ ਇਹ ਫਾਇਰਿੰਗ ਪ੍ਰੈਕਟਿਸ ਕਰਦੇ ਵੀ ਨਜ਼ਰ ਆਏ ਨੇ, ਸ਼ੂਟਿੰਗ ਦੀ ਪ੍ਰੈਕਟਿਸ ਕਰਦੇ ਨਜ਼ਰ ਆਏ ਨੇ। ਇਹਨਾਂ ਕੋਲੋਂ ਕਹਿੰਦੇ ਆਨੰਦਪੁਰ ਖਾਲਸਾ ਫੌਜ ਇਹਨਾਂ ਨੇ ਆਪਣੀ ਨਵੀਂ ਬਣਾਈ ਕਹਿੰਦੇ ਫੌਜੀ AKF ਜਿਹਦਾ ਨ ਵੀ ਕੁਝ ਤਸਵੀਰਾਂ ਮਿਲੀਆਂ ਨੇ ਤੇ ਕਹਿੰਦੇ ਕਾਫੀ ਗੰਭੀਰ ਸੰਵੇਦਨਸ਼ੀਲ ਸਮਾਨ ਸਾਨੂੰ ਮਿਲਿਆ ਹੈ ਜਿਸ ਬਾਰੇ ਅਸੀਂ ਹਲੀ ਜਾਣਕਾਰੀ ਨਹੀਂ ਦੇ ਸਕਦੇ ਪਰ ਇਹ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਸਨ ਇਹ ਪੰਜਾਬ ਪੁਲਿਸ ਨੇ ਇਲਜ਼ਾਮ ਲਾਇਆ ਹੈ ਇੱਕ ਹੋਰ ਜਿਹੜਾ ਹੈ ਬੰਦਾ ਅਰੈਸਟ ਕੀਤਾ ਹੈ ਖੰਨਾ ਪੁਲਿਸ ਨੇ ਜਿਹਦਾ ਨਾਮ ਤਜਿੰਦਰ ਸਿੰਘ ਗਿਲ ਐਲੀਅਸ ਗੋਰਖਾ ਬਾਬਾ ਨਾਮ ਆਉਦਾ ਉਹਦੇ ਵਿੱਚ ਐਫ ਆਈ ਆਰ ਨੰਬਰ 23223 ਨੂੰ ਦਰਜ ਕੀਤੀ ਹੈ ਉੱਥੇ ਪੁਲਿਸ ਸਟੇਸ਼ਨ ਮਲੋਤ ਦੇ ਵਿੱਚ ਔਰ ਉਹਦੀ ਪੁੱਛਗਿੱਛ ਤੋਂ ਔਰ ਉਹਦੇ ਮੋਬਾਈਲ ਜਿਹੜੇ ਉਹਦੀਆਂ ਡਿਟੇਲਸ ਤੋਂ ਕਾਫੀ ਤੱਥ ਇਹ ਜੇ ਸਾਹਮਣੇ ਆਏ ਆ ਜਿੱਥੋਂ ਇਹ ਪਤਾ ਲੱਗਦਾ ਹੈ ਕਿ ਇਹ ਲੋਕ ਐਂਟੀ ਨੈਸ਼ਨਲ ਐਕਟੀਵਿਟੀਆਂ ਦੇ ਵਿੱਚ ਇਨਵੋਲਵ ਸੀਗੇ ਜਿਹਦੇ ਵਿੱਚ ਕੁਝ ਜਗ੍ਹਾ ਦੇ ਉੱਤੇ ਵੀਡੀਓਗ੍ਰਾਫਸ ਮਿਲੀਆਂ ਜਿਦੇ ਚ ਫਾਇਰਿੰਗ ਪ੍ਰੈਕਟਿਸ ਕਰ ਰਹੇ ਆ ਜੱਲੂ ਵਾਲਾ ਖੇੜਾ ਨਦੀ ਦੇ ਕੰਢੇ ਤੇ ਇੱਕ ਫਾਇਰਿੰਗ ਰੇਂਜ ਬਣਾ ਕੇ ਉੱਤੇ ਪ੍ਰੈਕਟਿਸ ਕਰ ਰਹੇ ਆ ਕੁਝ ਇਹਨਾਂ ਕੋਲੋਂ ਉਹਦੇ ਵਿੱਚ ਜੜੀਆਂ ਫੁਟੇजेस ਜਿਹੜੀਆਂ ਉਹਦੇ ਵਿੱਚ ਫੋਟੋਗ੍ਰਾਫਸ ਮਿਲੀਆਂ ਐ ਉਹਦੇ ਵਿੱਚ ਜਿਹੜੀ ਆਨੰਦਪੁਰ ਖਾਲਸਾ ਫੌਜ ਦੇ ਹੋਲੋਗ੍ਰਾਫਸ بنائے ਹੋਏ ਇਹਨਾਂ ਨੇ ਵੈਪਨਸ ਨੂੰ ਖੋਲਣ ਜੋੜਨ ਦੀਆਂ ਕੁਝ ਵੀਡੀਓਗ੍ਰਾਫਸ ਮਿਲੀਆਂ ਉਹਦੇ ਵਿੱਚ ਤੋਂ ਕਾਫੀ ਹੋਰ ਵੀ ਕਾਫੀ ਇਸ ਤੋਂ ਵੀ ਸੈਂਸਿਟਿਵ ਤੇ ਸੀਰੀਅਸ ਜਿਹੜਾ ਮਟੀਰੀਅਲ ਇਹਦੇ ਚੋਂ ਮਿਲਿਆ ਹੈ ਜਿਹੜਾ ਇੰਡੀਕੇਟ ਕਰਦਾ ਹੈ ਕਿ ਇਹ ਜਿਹੜੇ ਲੋਕ ਆਏ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਸੀਗੇ ਔਰ ਦੇਸ਼ ਵਿਰੋਧੀ ਜਿਹੜੇ ਕੰਮ ਸੀਗੇ ਇਹ ਹੋਰ ਵੀ ਕਈ ਤਰ੍ਹਾਂ ਦੇ ਆਈਜੀ ਨੇ ਠੋਕ ਕੇ ਦਾਵਾ ਕੀਤਾ ਹੈ ਕਿ ਸਾਨੂੰ ਜ਼ਿਆਦਾਤਰ ਪੰਜਾਬੀਆਂ ਨੇ ਇਸ ਕੇਸ ਦੇ ਵਿੱਚ ਸਹਿਯੋਗ ਕੀਤਾ ਹੈ ਜਿਹੜੇ ਕਹਿੰਦੇ ਬੱਚੇ 90 ਤੋਂ ਬਾਅਦ ਪੈਦਾ ਹੋਏ ਨੇ ਜਿਨ੍ਹਾਂ ਨੂੰ ਉਸ ਤੋਂ ਪਹਿਲਾਂ ਵਾਲਾ ਦੌਰ ਨਹੀਂ ਪਤਾ ਜਿਨ੍ਹਾਂ ਨੇ ਨਹੀਂ ਦੇਖਿਆ ਪਹਿਲਾਂ ਵਾਲਾ ਵਕਤ ਤੇ ਜਿਨ੍ਹਾਂ ਨੂੰ ਇਸ ਮਾਮਲੇ ਦਾ ਨਹੀਂ ਪਤਾ ਸੀ ਕਿ ਕੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੇ ਲਈ ਕਹਿੰਦੇ ਪੁਲਿਸ ਦੀ ਕਾਰਵਾਈ ਸਿਰਫ ਇੱਕ ਸਬਕ ਹੈ ਜਿਵੇਂ ਪਹਿਲਾਂ ਹੀ ਉਹਨਾਂ ਨੇ ਦੱਸਿਆ ਕਿ ਜਿਹੜੇ ਇਨੋਸੈਂਟ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਜਿਹੜੇ ਸੁਤੇ ਸਿੱਧ ਸੁਤੇ ਸੁਭਾ ਜਿਹੜੇ ਇਸ ਜਥੇਬੰਦੀ ਦੇ ਨਾਲ ਜੜੇ ਸਨ ਉਹਨਾਂ ਨੂੰ ਸਬਕ ਸਿਖਾ ਕੇ ਛੱਡ ਦਿੱਤਾ ਜਾਏਗਾ ਤੇ ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਦੇ ਵਿੱਚੋਂ ਜੇ ਕਿਸੇ ਦਾ ਪੇਪਰ ਆਉਂਦਾ ਹੈ ਤਾਂ ਉਹ ਪੇਪਰ ਜ਼ਰੂਰ ਦਿਵਾਇਆ ਜਾਵੇਗਾ ਇੰਟਰਨੈਟ ਬੰਦ ਹੋਣ ਕਰਕੇ ਸਰਕਾਰੀ ਪੇਪਰਾਂ ਦੇ ਫਾਰਮ ਜੇਕਰ ਕਿਸੇ ਬੱਚੇ ਕੋਲੋਂ ਨਹੀਂ ਭਰੇਗੇ ਤਾਂ ਪੇਪਰ ਭਰਨ ਦੀ ਆਖਰੀ ਤਾਰੀਖ ਦੇ ਵਿੱਚ ਵੀ ਵਾਅਦਾ ਕੀਤਾ ਜਾ ਰਿਹਾ ਹੈ ਏ ਪੁਲਿਸ ਨੇ ਵੱਡੀ ਜਾਣਕਾਰੀ ਦਿੱਤੀ ਹੈ ਜਾਨਕਿ ਇਥੋਂ ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਜਿਹੜੇ ਬੱਚੇ ਨੇ ਪੜ੍ਹਾਈ ਕਰ ਰਹੇ ਬੱਚੇ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਮਾਮਲੇ ਦੇ ਵਿੱਚ ਹਾਲਾਂਕਿ ਆਈਜੀ ਨੇ ਅੰਦਾਵਾ ਕੀਤਾ ਹੈ ਕਿ ਇਨੋਸੈਂਟ ਨੇ ਜਿਹੜੇ ਜਿਹੜੇ ਬੇਦੋਸ਼ੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਯੂਥ ਜਿਹੜਾ ਪੰਜਾਬ ਦਾ ਵਾ ਆਪਾਂ ਸਾਰਿਆਂ ਨੇ ਦੇਖਿਆ ਜਿਹੜੇ ਲੋਕ 80 ਤੋਂ ਪਹਿਲਾਂ ਦੇ ਪੈਦਾ ਹੋਏ ਬੜਾ ਮਾੜਾ ਟਾਈਮ ਉਹਨਾਂ ਨੇ ਦੇਖਿਆ ਸੋ ਜਿਹੜੇ ਬੱਚੇ 90 ਤੋਂ ਬਾਅਦ ਪੈਦਾ ਹੋਏ ਉਹਨਾਂ ਨੇ ਉਹ ਵਕਤ ਦੇਖਿਆ ਨਹੀਂ ਅਸਲ ਵਿੱਚ ਉਦੇ ਕਰਕੇ ਉਹਨਾਂ ਨੂੰ ਪਤਾ ਨਹੀਂ ਹੈ ਇਹਦੀ ਇੰਪਲੀਕੇਸ਼ਨਸ ਕੀ ਆ ਸੋ ਇਹ ਸਾਰਿਆਂ ਵਾਸਤੇ ਇੱਕ ਲੈਸਨ ਵੀ ਹੈ ਤਦੇ ਹੀ ਅਸੀਂ ਇੱਥੇ ਬਹੁਤ ਸੰਵੇਦਨਸ਼ੀਲਤਾ ਦੇ ਨਾਲ ਦੇਖ ਕੇ ਸਟੈਪ ਲਿਆ ਹੈ ਕਿ ਕਿਸੇ ਵੀ ਨੋਸੈਂਟ ਨੂੰ ਇਹਦੇ ਵਿੱਚ ਤੰਗ ਬਿਲਕੁਲ ਨਹੀਂ ਕੀਤਾ ਜਾਏਗਾ। ਸੋ ਪੰਜਾਬ ਪੁਲਿਸ ਦੇ ਵੱਲੋਂ ਜਿਹੜੀ ਤਾਜ਼ਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦਾ ਨਿਚੋੜ ਇਹੀ ਨਿਕਲਦਾ ਹੈ ਕਿ ਪੰਜਾਬ ਪੁਲਿਸ ਨੇ ਦਾਵਾ ਕੀਤਾ ਹੈ ਕਿ ਅਮਰਿਤਪਾਲ ਇਸ ਵਕਤ ਪੰਜਾਬ ਦੇ ਵਿੱਚ ਨਹੀਂ ਹੈ। ਅਮਰਿਤਪਾਲ ਪੁਲਿਸ ਦੇ ਦਾਅਵੇ ਮੁਤਾਬਿਕ ਫਰਾਰ ਹੈ। ਲਗਾਤਾਰ 6ਵੇਂ ਦਿਨ ਵੀ ਭਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਲਵੇਗੀ। ਇਸ ਦਰਮਿਆਨ ਪੰਜਾਬ ਪੁਲਿਸ ਨੇ ਐਸਪੀਸੀ ਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਜਾਰੀ ਕੀਤੀ ਹੈ। 20 ਮਾਰਚ ਦਾ ਇਹ ਫੁਟੇਜ ਹੈ। ਜਿਸ ਦੇ ਵਿੱਚ ਦੋ ਵਿਅਕਤੀ ਜਾਂਦੇ ਦੇਖੇ ਜਾ ਸਕਦੇ ਨੇ ਇੱਕ ਨੇ ਆਪਣੇ ਉੱਤੇ ਪਰਨਾ ਲਿਆ ਹੋਇਆ ਉਹਦੇ ਪਿੱਛੇ ਬੈਗ ਪਾਇਆ ਹੋਇਆ ਉਹ ਤੁਰਿਆ ਜਾ ਰਿਹਾ ਉਹਦੀ ਪੇਠੀ ਦਿਖ ਰਹੀ ਹੈ ਦੂਸਰਾ ਬੰਦਾ ਫਿਰ ਆਉਂਦਾ ਉਹਦੇ ਵੀ ਪੇਠੀ ਦਿਖਦੀ ਹੈ ਉਹ ਛਤਰੀ ਲੈ ਕੇ ਤੁਰਿਆ ਜਾ ਰਿਹਾ ਦੋਵੇਂ ਅੱਗੜ ਪਿਛੜ ਤੁਰਦੇ ਦਿਖਾਈ ਦੇ ਰਹੇ ਨੇ ਤੇ ਇਹ ਬੰਦੇ ਕੌਣ ਨੇ ਇਸ ਬਾਰੇ ਅਸੀਂ ਕੋਈ ਦਾਵਾ ਨਹੀਂ ਕਰਦੇ ਤੇ ਅਮਰਿਤਪਾਲ ਸਿੰਘ ਦੇ ਖਿਲਾਫ ਚੱਲ ਰਹੀ ਪੁਲਿਸ ਕਾਰਵਾਈ ਦੇ ਵਿੱਚ ਉਹਨਾਂ ਦੇ ਗ੍ਰਿਫਤਾਰ ਕੀਤੇ ਗਏ 11 ਸਾਥੀਆਂ ਨੂੰ ਵੀਰਵਾਰ ਨੂੰ ਬਾਬਾ ਬਕਾਲਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹਰਮਿੰਦਰ ਸਿੰਘ ਗੁਰਪਾਲ ਸਿੰਘ ਤੇ ਸਬਰੀਤ ਸਿੰਘ ਦੇ ਮਾਮਲੇ ਦੇ ਵਿੱਚ ਇਹਨਾਂ ਦੇ ਵਕੀਲ ਸ਼ੁਕਰਗੁਜ਼ਾਰ ਸਿੰਘ ਅਦਾਲਤ ਦੇ ਵਿੱਚ ਪੇਸ਼ ਹੋਏ ਵਕੀਲ ਨੇ ਦੱਸਿਆ ਕਿ ਅਮਰਿਤ ਖਿਲਾਫ ਖਿਲਚੀਆਂ ਤਾਣੇ ਦੇ ਵਿੱਚ ਮਾਮਲਾ ਦਰਜ ਹੈ ਲਾਪਰਵਾਹੀ ਦੇ ਨਾਲ ਗੱਡੀ ਚਲਾਉਣ ਤੇ ਪੁਲਿਸ ਕਾਰਵਾਈ ਵਿੱਚ ਦਖਲਅੰਦਾਜ਼ੀ ਕਰਨ ਦੇ ਇਲਜ਼ਾਮ ਲੱਗੇ ਨੇ ਇਹਨਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ ਖੰਨਾ ਦੇ ਡੀਐਸਪੀ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਗਨਮਨ ਤੇਜਿੰਦਰ ਸਿੰਘ ਗਿੱਲ ਨੂੰ ਵੀ ਗ੍ਰਿਫਤਾਰ ਕਰ ਲਿਆ ਉਹ ਲੁਧਿਆਣਾ ਦੇ ਪਿੰਡ ਮੰਗੇਵਾਲ ਦਾ ਰਹਿਣ ਵਾਲਾ ਹੈ ਸੋਸ਼ਲ ਮੀਡੀਆ ਤੇ ਉਸ ਦੀਆਂ ਹਥਿਆਰਾਂ ਦੇ ਨਾਲ ਲੈਸ ਕੇਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਐਸਐਸਪੀ ਨੇ ਡੀਐਸਪੀ ਨੇ ਦੱਸਿਆ ਕਿ ਜਦੋਂ ਰਿਕਾਰਡ ਖੋਖਿਆ ਤਾਂ ਪਤਾ ਲੱਗਿਆ ਕਿ ਉਸ ਕੋਲ ਬੰਦੂਕ ਦਾ ਲਾਇਸੈਂਸ ਹੀ ਨਹੀਂ ਹੈ ਯਾਨੀ ਕਿ ਗੈਰਕਾਨੂੰਨੀ ਹਥਿਆਰ ਰੱਖਿਆ ਹੋਇਆ ਸੀ ਉਹਦੇ ਵਿਰੁੱਧ ਆਈਪੀਸੀ ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਅਜਨਾਲਾ ਕਾਂਡ ਦੇ ਵਿੱਚ ਵੀ ਕਹਿੰਦੇ ਤੇਜਿੰਦਰ ਸਿੰਘ ਗਿੱਲ ਸ਼ਾਮਲ ਸੀ ਤੇ ਸਾਰੀ ਕਾਰਵਾਈ ਤੋ ਪਹਿਲਾ ਪੰਜਾਬ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਬੁੱਧਵਾਰ ਨੂੰ ਲੁਕਆਊਟ ਸਰਕੂਲਰ ਵੀ ਜਾਰੀ ਕਰ ਦਿੱਤਾ ਸੀ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤਾ ਸੀ ਉਸ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਵੀ ਚੌਕਸ ਹੋ ਗਈ ਹੈ ਮਹਾਰਾਸ਼ਟਰ ਪੁਲਿਸ ਨੇ ਨਾਂਦੇੜ ਸਮੇਤ ਕੁਝ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਨਾਂਦੇੜ ਆਉਣ ਜਾਣ ਵਾਲੇ ਹਰ ਸਿੱਖ ਵਿਅਕਤੀ ਦੀ ਗਤੀਵਿਧੀ ਤੇ ਨਜ਼ਰ ਰੱਖੀ ਜਾ ਰਹੀ ਹੈ ਸੂਬਾ ਪੁਲਿਸ ਨੇ ਕਿਹਾ ਕਿ ਮਹਾਰਾਸ਼ਟਰ ਅਤਿ ਵਿਰੋਧੀ ਦਸ ਅਤਵਾਦ ਵਿਰੋਧੀ ਦਸਤਾਵੀ ਅਲਰਟ ਤੇ ਕਰ ਦਿੱਤਾ ਗਿਆ ਅਦਾਕਾਰਾ ਕੰਗਣਾ ਰਣੌਤ ਅਕਸਰ ਆਪਣੇ ਵਿਵਾਦਿਤ ਬਿਆਨਾਂ ਕਰਕੇ ਚ ਚਾ ਵਿੱਚ ਰਹਿੰਦੀ ਹੈ ਕੰਗਣਾ ਰਣੌਤ ਦੀ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਨਾਲ ਜੁੜੀ ਜਦੋਂ ਵੀ ਕੋਈ ਵੱਡੀ ਗੱਲ ਹੁੰਦੀ ਹੈ ਕੋਈ ਵੀ ਅੰਦੋਲਨ ਹੁੰਦਾ ਚਾਹੇ ਕਿਸਾਨ ਅੰਦੋਲਨ ਹੋਵੇ ਜਾਂ ਫਿਰ ਅੰਮ੍ਰਿਤਪਾਲ ਸਿੰਘ ਦਾ ਮਸਲਾ ਹੋਵੇ ਕੰਗਣਾ ਰਣੌਤ ਨੇ ਆਪਣਾ ਕੋਈ ਬਿਆਨ ਜਾਂ ਟਿੱਪਣੀ ਜ਼ਰੂਰ ਕਰਨੀ ਹੁੰਦੀ ਹੈ ਤੇ ਹੁਣ ਵੀ ਕੰਗਣਾ ਨੇ ਇੱਕ ਦਿਨ ਪਹਿਲਾਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਸਟੋਰੀ ਪਾਈ ਸੀ ਜਿਸ ਤੋਂ ਬਾਅਦ ਲਗਾਤਾਰ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ ਕੰਗਣਾ ਨੇ ਸੋਸ਼ਲ ਮੀਡੀਆ ਤੇ ਸਟੋਰੀ ਪਾ ਕੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋ ਸਾਂਝ ਨੂੰ ਸ਼ਰੇਆਮ ਧਮਕਾਇਆ ਸੀ ਪੰਜਾਬ ਪੁਲਿਸ ਦੀ ਮਾਫ ਕਰਨਾ ਪੁਲਿਸ ਦਾ ਨਾਮ ਲੈ ਕੇ ਧਮਕੀ ਦਿੱਤੀ ਸੀ ਕੰਗਣਾ ਨੇ ਕਿਹਾ ਕਿ ਕਈ ਪੰਜਾਬ ਪੰਜਾਬੀ ਸਲੈਬਰਿਟੀਆਂ ਨੂੰ ਖਾਲਿਸਤਾਨੀ ਵਾਇਰਸ ਵਾਲੀ ਬਿਮਾਰੀ ਹੈ ਤੇ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਗੱਲ ਵੀ ਆਖੀ ਤੇ ਇਸ ਪੋਸਟ ਨੂੰ ਪੰਜਾਬ ਦੇ ਵਿੱਚ ਅਮਰਿਤਪਾਲ ਸਿੰਘ ਦੇ ਖਿਲਾਫ ਚੱਲ ਰਹੀ ਕਾਰਵਾਈ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਉਸੇ ਦਿਨ ਤਾਂ ਦਿਲਜੀਤ ਦੁਸਾਂਝ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਦੂਸਰੇ ਦਿਨ ਯਾਨੀ ਕਿ ਵੀਰਵਾਰ ਨੂੰ ਦਿਲਜੀਤ ਨੇ ਜ਼ਰੂਰ ਜਵਾਬ ਦਿੱਤਾ ਹੈ ਪਰ ਬਹੁਤ ਹੀ ਸਮਝਦਾਰੀ ਦੇ ਨਾਲ ਜਵਾਬ ਦਿੰਦਾ ਹੈ ਦਿਲਜੀਤ ਨੇ ਆਪਣੇ ਇੰਸਟਾਗ੍ਰam ਦੀ ਸਟੋਰੀ ਦੇ ਵਿੱਚ ਲਿਖਿਆ ਪੰਜਾਬ ਮੇਰਾ ਰਹੇ ਵਸਦਾ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂ ਦੇ ਇਹ ਚਾਰ ਸ਼ਬਦ ਦਰਸਾਉਂਦੇ ਨੇ ਕਿ ਪੰਜਾਬ ਦੇ ਲਈ ਦਿਲਜੀਤ ਦੇ ਮਨ ਵਿੱਚ ਕਿੰਨਾ ਕੁ ਦਰਦ ਹੈ ਤੇ ਚਿੰਤਾ ਹੈ ਪਤਾ ਲੱਗਦਾ ਹੈ ਕਿ ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਦਿਲਜੀਤ ਦੋਸਾਂਜ ਚਿੰਤਾ ਦੇ ਵਿੱਚ ਹੈ ਅਤੇ ਕੰਗਣਾ ਰਣੌਤ ਨੂੰ ਵੀ ਸਿੱਧਾ ਸਿੱਧਾ ਜਵਾਬ ਨਾ ਦੇਣਾ ਦਿਲਜੀਤ ਦੀ ਸਮਝਦਾਰੀ ਨੂੰ ਦਰਸਾਉਂਦਾ ਹੈ ਕਿਉਂਕਿ ਜਦੋਂ ਐਨੇ ਨਾਜ਼ੁਕ ਹਾਲਾਤਾਂ ਦੇ ਵਿੱਚੋਂ ਪੰਜਾਬ ਲੰਘ ਰਿਹਾ ਹੈ ਉਸ ਦਰਮਿਆਨ ਸੋ ਸੋਸ਼ਲ ਮੀਡੀਆ ਦੇ ਉੱਤੇ ਦੋ ਜਿਹੜੇ ਕਲਾਕਾਰਾਂ ਦੀ ਲੜਾਈ ਹੈ ਉਹ ਬਹੁਤ ਹੀ ਭੜਕਾਊ ਹੋ ਜਾਂਦੀ ਹੁੰਦੀ ਹੈ ਤੇ ਜਿਹੜਾ ਹੈਗਾ ਨਫ਼ਰਤ ਸਮਾਜ ਦੇ ਵਿੱਚ ਪੈਦਾ ਕਰ ਸਕਦੀ ਹੈ ਜ ਜਿਹੇ ਵਿੱਚ ਦਿਲਜੀਤ ਦੁਸਾਂਜ ਦੀ ਸਮਝਦਾਰੀ ਹੈ ਜਿਹੜੀ ਉਸ ਦੀ ਦਾਤ ਜ਼ਰੂਰ ਦੇਣੀ ਪਵੇਗੀ ਜਿਸ ਨੇ ਅਰਦਾਸ ਵੀ ਕੀਤੀ ਹੈ ਪੰਜਾਬ ਦੇ ਬਾਰੇ ਅਤੇ ਕੰਗੜਾ ਨੂੰ ਇਗਨੋਰ ਵੀ ਕੀਤਾ ਹੁਣ ਪ੍ਰਣਾਮ ਕਰਾਂਗੇ ਆਜ਼ਾਦੀ ਦੇ ਉਹਨਾਂ ਤਿੰਨ ਪਰਵਾਨਿਆਂ ਨੂੰ ਜਿਨ੍ਹਾਂ ਨੇ 1931 ਦੇ ਵਿੱਚ 23 ਮਾਰਚ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ ਸੀ ਕਦੇ ਉਹ ਦਿਨ ਆਵੇਗਾ ਕਿ ਜਦ ਅਸੀਂ ਆਜ਼ਾਦ ਹੋਵਾਂਗੇ ਇਹ ਆਪਣੀ ਹੀ ਧਰਤੀ ਹੋਵੇਗੀ ਇਹ ਆਪਣਾ ਅਸਮਾਨ ਹੋਵੇਗਾ ਉਸ ਵਕਤ ਇਹ ਜਿਹੜੀ ਤਾਂਘ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਜ਼ਰੂਰ ਚੱਲਦੀ ਹੋਵੇਗੀ ਇਸ ਕਰਕੇ ਸ਼ਹਾਦਤ ਦਾ ਜਾਮ ਹੈ ਜਿਹੜਾ ਸ਼ਹੀਦ ਸਰਦਾਰ ਭਗਤ ਸਿੰਘ ਜਿਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਕਿਹਾ ਜਾਂਦਾ ਹੈ ਸਰਦਾਰ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਇਹਨਾਂ ਨੇ ਫਾਂਸੀ ਰੱਸਾ ਰੱਸਾ ਚੁੰਮਿਆ ਸੀ ਬੜੀ ਹੀ ਬਹਾਦਰੀ ਤੇ ਦਲੇਰੀ ਦੇ ਨਾਲ ਚੁੰਮਿਆ ਸੀ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਤੇ 2 ਮਾਰਚ ਨੂੰ 1931 ਨੂੰ ਇਹਨਾਂ ਨੂੰ ਫਾਂਸੀ ਦੇ ਤਖਤੇ ਤੇ ਲਟਕਾ ਦਿੱਤਾ ਗਿਆ ਸੀ ਤੇ ਫਿਰ ਮਰਤਕ ਦੇਹਾਂ ਨੇ ਜਿਹੜੀਆਂ ਉਹਨਾਂ ਦੀ ਵੀ ਉਸ ਵਕਤ ਦੀ ਪੁਲਿਸ ਨੇ ਬੜੀ ਹੀ ਬਦਖੋਈ ਆਪਾਂ ਕਹਿ ਸਕਦੇ ਹਾਂ ਕਿ ਕੀਤੀ ਸੀ ਸਾਡੀ ਸਾਰੀ ਟੀਮ ਤਿੰਨਾ ਮਹਾਨ ਆਜ਼ਾਦੀ ਘੁਲਾਟੀਆਂ ਨੂੰ ਪ੍ਰਣਾਮ ਕਰਦੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸੁਖਦੇਵ ਤੇ ਰਾਜਗੁਰੂ ਦੇਸ਼ੀ ਦੇ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾ ਪਹੁੰਚੇ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ਤੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਦੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇਹ ਚਿੰਤਾ ਨਹੀਂ ਸੀ ਕੀ ਆਜ਼ਾਦੀ ਮਿਲੇਗੀ ਜਾਂ ਨਹੀਂ ਸਗੋ ਉਹਨਾਂ ਨੂੰ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਦੇ ਹੱਥਾਂ ਵਿੱਚ ਜਾਊਗਾ ਫਿਰੋਜ਼ਪੁਰ ਦੇ ਵਿੱਚ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਸੌਂਪੀ ਹੈ ਤੇ ਸਾਡੀ ਸਰਕਾਰ ਨੇ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦੇ ਵਿੱਚ ਜਾ ਕੇ ਸੋਚ ਚੁੱਕੀ ਸੀ ਤੇ ਅਸੀਂ ਉਸ ਸੌ ਦੇ ਮੁਤਾਬਿਕ ਪੰਜਾਬ ਦੇ ਵਿੱਚ ਕੰਮ ਹੈ ਜਿਹੜਾ ਉਹ ਸਾਰਾ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਿੱਖਿਆ ਸਾਡਾ ਪਹਿਲਾ ਟੀਚਾ ਹੈ ਉਹਨਾਂ ਨੇ ਕਿਹਾ ਕਿ ਅੱਜ ਤੱਕ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਹੋਏ ਤੇ ਸਾਡੀ ਸਰਕਾਰ ਇਹਦੇ ਲਈ ਸਿਰ ਤੋੜ ਯਤਨ ਕਰੇਗੀ ਤੇ ਲਗਾਤਾਰ ਇਸ ਸੁਪਨੇ ਨੂੰ ਪੂਰੇ ਕਰਨ ਦੇ ਲਈ ਕੰਮ ਕਰ ਰਹੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਦੇ ਵੀ ਇਹ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਪਰ ਉਹਨਾਂ ਨੂੰ ਇਹ ਹਮੇਸ਼ਾ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੋ ਜੇ ਹੱਥਾਂ ਜਾਊਗਾ ਕਿਹੜੇ ਹੱਥਾਂ ਜਾਊਗਾ ਤੇ ਉਹਨਾਂ ਦੀ ਉਹ ਚਿੰਤਾ ਜਿਹੜੀ ਆ ਉਹ ਬਿਲਕੁਲ ਸਹੀ ਸਾਬਤ ਵੀ ਹੋਈ ਕਿ 75 ਸਾਲ ਬਾਅਦ ਵੀ ਅੱਜ ਆਜ਼ਾਦੀ ਤੋਂ ਅੱਜ ਗਰੀਬੀ, ਅਨਪੜਤਾ, بے ਰੁਜ਼ਗਾਰੀ, ਮਾਰ ਲਈ ਮੁਲਕਾਂ ਨੂੰ ਜਾਣਾ ਜਿੰਨਾਂ ਗਰੀਜ਼ਾਂ ਨੂੰ ਕੱਢਣ ਲਈ ਸ਼ਹੀਦ-ਏ-ਆਜ਼ਮ ਹੋਰਾਂ ਨੇ ਫਾਂਸੀ ਦੇ ਰੱਸੇ ਚੁੰਮੇ ਹਜ਼ਾਰਾਂ ਗਦਰੀ ਬਾਬਿਆਂ ਵਰਗੇ ਯੋਧਿਆਂ ਨੇ ਆਪਣੀਆਂ ਜਵਾਨੀਆਂ, ਆਪਣੇ ਕਾਰੋਬਾਰ ਦੇਸ਼ ਦੇ ਲੇਖੇ ਲਾਏ ਤੇ ਅੱਜ ਅਸੀਂ ਉਹਨਾਂ ਕੋਲ ਹੀ ਜਾਣ ਲਈ ਤਰਸ ਰਹੇ ਹਾਂ ਤੋ ਇਹਦਾ ਮਤਲਬ ਸਾਡੀ ਸਿਸਟਮ ਚ ਕੋਈ ਨਾ ਕੋਈ ਕਮੀ ਹੈ ਤਾਂ ਅਸੀਂ ਉਹਨੂੰ ਜੇ ਠੀਕ ਕਰ ਲਈਏ ਤਾਂ ਇਸ ਦੇਸ਼ ਵਰਗਾ ਦੇਸ਼ ਕੋਈ ਹੈ ਨਹੀਂ ਸੋ ਅਸੀਂ ਉਸ ਸਿਸਟਮ ਦੇ ਵਿੱਚ ਕਮੀਆਂ ਜਿਹੜੀਆਂ ਨੇ ਉਹ ਹੌਲੀ ਹੌਲੀ ਦੂਰ ਕਰ ਰਹੇ ਹਾਂ 70-75 ਸਾਲ ਦਾ ਤਾਣਾ ਜਿਹੜਾ ਉਲਝਿਆ ਹੋਇਆ ਉਹਨੂੰ ਸੁਲਝਾ ਰਹੇ ਹਾਂ ਇਸ ਤੋਂ ਪਹਿਲਾਂ 22 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸ਼ਹੀਦ ਭਗਤ ਸਿੰਘ ਦੀਆਂ ਜਿਹੜੀਆਂ ਜੀਵਨ ਦੀਆਂ ਚੀਜ਼ਾਂ ਨੇ ਉਹਨਾਂ ਨਾਲ ਸਬੰਧਿਤ ਅਜਾਇਬ ਘਰ ਤੋਂ ਸ਼ਹੀਦ ਭਗਤ ਸਿੰਘ ਦੇ ਘਰ ਤੱਕ 850 ਮੀਟਰ ਲੰਬੀ ਵਿਰਾਸਤੀ ਗਲੀ ਬਣਾਈ ਜਾਵੇਗੀ ਸੀਐਮ ਆਂਧੇ ਵੀਰਵਾਰ ਨੂੰ ਤਿੰਨ ਪ੍ਰੋਗਰਾਮ ਸਨ ਸਭ ਤੋਂ ਪਹਿਲਾਂ ਪਿੰਡ ਖਟਕੜ ਕਲਾਂ ਦੇ ਵਿੱਚ ਪਹੁੰਚੇ ਇੱਥੇ ਸ਼ਰਧਾਂਜਲੀ ਸ਼ਹੀਦਾਂ ਨੂੰ ਭੇਂਟ ਕੀਤੀ ਫਿਰ ਫਿਰੋਜ਼ਪੁਰ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਲਈ ਦੇ ਜੰਤਰ ਮੰਡਲ ਦੇ ਲਈ ਰਵਾਨਾ ਹੋ ਗਏ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਨਵੀਂ ਮੁਹਿੰਮ ਦੀ ਸ਼ੁਰੂਆਤ ਕਰਨੀ ਸੀ ਪਾਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਹੀਦ ਦਿਹਾੜੇ ਮੌਕੇ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਸਦਾ ਯਾਦ ਰੱਖੇਗਾ ਇਹ ਉਹ ਮਹਾਨ ਹਸਤੀਆਂ ਨੇ ਜਿਨ੍ਹਾਂ ਨੇ ਸਾਡੇ ਆਜ਼ਾਦੀ ਸੰਘਰਸ਼ ਦੇ ਵਿੱਚ ਵਿਲੱਖਣ ਯੋਗਦਾਨ ਪਾਇਆ ਪੰਜਾਬ ਸਰਕਾਰ ਨੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਸੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਸਰਕਾਰ ਇਸ ਦਿਹਾੜੇ ਮੌਕੇ ਸਰਕਾਰੀ ਛੁੱਟੀ ਕਰਦੀ ਆਈ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਅੱਜ ਤੱਕ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਨਹੀਂ ਕੀਤਾ ਯਾਨੀ ਕਿ 1931 ਤੋਂ ਲੈ ਕੇ ਅੱਜ ਤੱਕ ਸ਼ਹੀਦਾਂ ਦੀ ਸ਼ਹਾਦਤ ਵਾਲੇ ਦਿਨ ਕੋਈ ਸਰਕਾਰੀ ਛੁੱਟੀ ਨਹੀਂ ਹੋਈ ਵੀਰਵਾ ਨੂੰ ਪੰਜਾਬ ਦੀ ਇੱਕ ਵੱਡੀ ਖਬਰ ਜਿਸ ਤੇ ਸਭ ਦੀ ਨਜ਼ਰ ਸੀ ਉਹ ਗੋਲੀ ਕਾਂਡ ਕੋਟਕਪੂਰਾ ਗੋਲੀ ਕਾਂਡ ਦੇ ਨਾਲ ਹੋਈ ਸੀ ਕਿਉਂਕਿ ਇਸ ਗੋਲੀਕਾਂਡ ਦੇ ਵਿੱਚ ਵੀਰਵਾਰ ਨੂੰ ਫਰੀਦਕੋਟ ਅਦਾਲਤ ਦੇ ਵਿੱਚ ਬਾਦਲ ਪਿਓ ਪੁੱਤਰ ਦੀ ਪੇਸ਼ੀ ਹੋਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਦੀ ਉਮਰ 95 ਸਾਲ ਦੀ ਹੈ ਐਨੀ ਬਜ਼ੁਰਗ ਅਵਸਥਾ ਦੇ ਵਿੱਚ ਵੀ ਉਹਨਾਂ ਨੂੰ ਫਰੀਦਕੋਟ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ ਕਿਉਂਕਿ ਇਲਜ਼ਾਮ ਕਾਫੀ سنگੀਨ ਲੱਗੇ ਨੇ 2015 ਦੇ ਵਿੱਚ ਜਦੋਂ ਉਹਨਾਂ ਦੀ ਸਰਕਾਰ ਹੁੰਦੀ ਸੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ ਸੀ ਉਦੋਂ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵੱਡਾ ਕਾਂਡ ਵਾਪਰਦਾ ਉਸ ਤੋਂ ਬਾਅਦ ਫਿਰ ਕੋਟਕਪੂਰਾ ਗੋਲੀਕਾਂਡ ਬਹਿਬਲ ਕਲਾਂ ਗੋਲੀਕਾਂਡ ਜਿਸ ਦੇ ਵਿੱਚ ਪੰਜਾਬ ਪੁਲਿਸ ਗੋਲੀ ਦੇ ਆਰਡਰ ਦਿੰਦੀ ਹੈ ਦੋ ਸਿੱਖ ਮਾਰੇ ਜਾਂਦੇ ਨੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈਰਾਨੀ ਦੀ ਉਹ ਇਹ ਹੈ ਕਿ ਉਦੋਂ ਤੋਂ ਲੈ ਕੇ 15 ਤੋਂ ਲੈ ਕੇ 2023 ਚੜ ਗਿਆ ਹੈ 8 ਸਾਲ ਤਕਰੀਬਨ ਹੋ ਗਏ ਨੇ ਪਰ ਹਾਲੇ ਤੱਕ ਉਸ ਗੋਲੀ ਕਾਂਡ ਦਾ ਨਾ ਹੀ ਬੇਅਦਬੀ ਵਰਗਾੜੀ ਵਰਗਾੜੀ ਦੇ ਬੇਅਦਬੀ ਕਾਂਡ ਦਾ ਇਨਸਾਫ ਨਹੀਂ ਮਿਲਿਆ ਸਫਰੀਦਕੋਟ ਅਦਾਲਤ ਦੇ ਵਿੱਚ ਜੋ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਕਾਲੇਦਲ ਦੇ ਮੌਜੂਦਾ ਪ੍ਰਧਾਨ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਪੇਸ਼ੀ ਹੋਈ ਤਾਂ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਤੇ ਲੀਡਰ ਅਦਾਲਤ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਦਾਲਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਅਦਾਲਤ ਨੇ ਚਾਰਜ ਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਦੋਵੇਂ ਬਾਦਲਾ ਨੇ 5-5 ਲੱਖ ਦੇ ਜ਼ਮਾਨਤ ਨਾਮੇ ਵੀ ਭਰੇ ਲੋਕ ਸਭਾ ਮੈਂਬਰ ਹਰਸਿਮਰਨਤ ਕੌਰ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਵੀ ਉਹਨਾਂ ਦੇ ਨਾਲ ਸਨ ਯਾਨਕਿ ਸੁਖਬੀਰ ਬਾਦਲ ਦੀ ਪਤਨੀ ਅਤੇ ਸੁਖਬੀਰ ਬਾਦਲ ਦਾ ਸਾਲਾ ਦੋਵੇਂ ਉਹਨਾਂ ਦੇ ਨਾਲ ਪਹੁੰਚੇ ਹੋਏ ਸਨ ਪੇਸ਼ੀ ਤੋਂ ਬਾਅਦ ਸੁਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਝੂਠਾ ਕੇਸ ਪਾਇਆ ਹੈ ਪਹਿਲਾਂ ਕਹਿੰਦੇ ਕੈਪਟਨ ਸਰਕਾਰ ਨੇ ਵੀ ਝੂਠਾ ਕੇਸ ਪਾਇਆ ਸੀ ਪਰ ਨਿਆਂਪਾਲਿਕਾ ਨੇ ਸਾਨੂੰ ਇਨਸਾਫ ਦਿੱਤਾ ਸੀ ਹੁਣ ਵੀ ਕਹਿੰਦੇ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਸਾਡੀ ਪਾਰਟੀ ਕਹਿੰਦੇ ਸ਼ਹੀਦਾਂ ਦੀ ਪਾਰਟੀ ਹੈ ਤੇ ਸਾਨੂੰ ਇਹਨਾਂ ਕੇਸਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾਲ ਹੀ ਸੁਖਵੀਰ ਬਾਦਲ ਨੇ ਅਦਾਲਤ ਦੇ ਬਾਹਰ ਉਹਨਾਂ ਦੇ ਸਮਰਥਨ ਦੇ ਲਈ ਪਹੁੰਚੇ ਹੋਏ ਪਾਰਟੀ ਦੇ ਸਾਰੇ ਵਰਕਰਾਂ ਤੇ ਲੀਡਰਾਂ ਦਾ ਧੰਨਵਾਦ ਵੀ ਕੀਤਾ ਬੇਈਮਾਨ ਦੀ ਸਰਕਾਰ ਨੇ ਬਿਲਕੁਲ ਝੂਠਾ ਫੈਬ੍ਰੀਕੇਟਿਡ ਕੇਸ ਸਾਹ ਪ੍ਰਕਾਸ਼ ਸਿੰਘ ਦੀ ਬਾਦਲ ਨੇ ਮੇਰੇ ਤੇ ਕੀਤਾ ਸਾਨੂੰ ਪੂਰਾ ਭਰੋਸਾ ਹੈ ਜੁਡੀਸ਼ਰੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਝੂਠਾ ਕੇਸ ਪਾਇਆ ਸੀ ਤੇ ਜੂਡੀਸ਼ਨੀਅਲ ਸਾਫ਼ ਦੱਸਦਾ ਹੁਣ ਐਕਟੀ ਇਹਨਾਂ ਨੇ ਪਾਇਆ ਆ ਇਹਨਾਂ ਦੀ ਉਹ ਸੋਚਦੇ ਐ ਕਿ ਸ਼ਰੋਮਨੀ ਕਾਲੀਦਲ ਦੀ ਲੀਡਰਸ਼ਿਪ ਤੇ ਨਹੀਂ ਵਰਕਰਾਂ ਦੇ ਝੂਠੇ ਕੇਸ ਪਾ ਕੇ ਉਹ ਡਰਾ ਸਕਦੇ ਐ ਮੈਂ ਉਹਨੂੰ ਦੱਸਣਾ ਚਾਹੁੰਨਾ ਸ਼ਹੀਦਾਂ ਦੀ ਜਥੇਬੰਦੀ ਸ਼ਰੋਮਨੀ ਕਾਲੀਦਲ ਐ ਇਹਨਾਂ ਕੇਸਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੂਰਾ ਵਿਸ਼ਵਾਸ ਜੂਡੀਸ਼ਰੀ ਤੇ ਐ ਦਰਸਲ एडीजीपी एलके यादव ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਭੀਰ ਸਿੰਘ ਬਾਦਲ ਨੂੰ ਕੋਟਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਮਲਜ਼ਮ ਦੇ ਵਜੋਂ ਨਾਮਜ਼ਦ ਕੀਤਾ ਹੈ ਸਿਰਫ ਇਹ ਦੋ ਨਾਮ ਹੀ ਨਹੀਂ ਉਸ ਵੇਲੇ ਦੇ ਪੰਜਾਬ ਦੇ ਡੀਜੀਪੀ ਡੀਜੀਪੀ ਸਾਬਕਾ ਡੀਜੀਪੀ ਸੁਮੇਤ ਸੈਣੀ ਆਈਜੀ ਪਰਮਰਾਦ ਸਿੰਘ ਉਮਰਾਨ ਨੰਗਲ ਤੇ ਹੋਰ ਜਿਹੜੇ ਅਧਿਕਾਰੀ ਵੀ ਸ਼ਾਮਲ ਨੇ ਕੁੱਲ 6 ਸੀਨੀਅਰ ਪੁਲਿਸ ਅਧਿਕਾਰੀ ਤੇ ਦੋ ਪ੍ਰਕਾਸ਼ ਸਿੰਘ ਬਾਦਲ ਤੇ ਸੁਭੀਰ ਸਿੰਘ ਬਾਦਲ ਇਹਨਾਂ ਸਾਰਿਆਂ ਨੂੰ 7000 ਪੰਨਿਆਂ ਦੀ ਚਾਰਜ ਸ਼ੀਟ ਦੇ ਵਿੱਚ ਮਲਜ਼ਮ ਜੋ ਨਾਮਸਦ ਕੀਤਾ ਗਿਆ ਹੈ ਜਿਸ ਤੋਂ ਬਾਅਦ ਫਰੀਦਕੋਟ ਅਦਾਲਤ ਨੇ ਇਹਨਾਂ ਸਾਰਿਆਂ ਨੂੰ 23 ਮਾਰਚ ਨੂੰ ਪੇਸ਼ ਹੋਣ ਲਈ ਸਬੰਧ ਜਾਰੀ ਕੀਤੇ ਸਨ ਤੇ ਉਸ ਤੋਂ ਪਹਿਲਾਂ ਹੀ ਸੁਭੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਅਗਾਊਂ ਜ਼ਮਾਨਤ ਲੈ ਲਈ ਸੀ ਅਦਾਲਤਾਂ ਤੋਂ ਪੰਜਾਬ ਤੇ ਹਰਿਆਣਾ ਦੇ ਅਹਿਮ ਮੁੱਦੇ ਸਤਲੁਜ ਯਮਨਾ ਲਿੰਕ ਨਹਿਰ ਯਾਨਕੀ ਐਸਓਐਲ ਮਾਮਲੇ ਤੇ ਸੁਪਰੀਮ ਕੋਰਟ ਦੇ ਵਿੱਚ ਵੀਰਵਾਂ ਨੂੰ ਅਹਿਮ ਸੁਣਵਾਈ ਹੋਈ। ਅਦਾਲਤ ਨੇ ਕੇਂਦਰ ਦੇ ਨਾਲ ਦੋਵੇਂ ਸੂਬਿਆਂ ਹਰਿਆਣਾ ਤੇ ਪੰਜਾਬ ਨੂੰ ਨਸੀਹਤ ਦਿੱਤੀ। ਅਦਾਲਤ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੋਵੇਂ ਭਾਰਤ ਦੇ ਅਹਿਮ ਸੂਬੇ ਨੇ ਦੋਵਾਂ ਨੂੰ ਮਿਲ ਕੇ ਪਾਣੀ ਦਾ ਮਸਲਾ ਸੁਲਝਾਉਣਾ ਚਾਹੀਦਾ ਹੈ। ਅਦਾਲਤ ਨੇ ਕੇਂਦਰ ਨੂੰ ਵੀ ਕਿਹਾ ਕਿ ਤੁਸੀਂ ਵੀ ਚੁੱਪ ਨਹੀਂ ਬੈਠ ਸਕਦੇ। ਤੁਹਾਨੂੰ ਦੋਵਾਂ ਦੇ ਵਿੱਚ ਬੈਠ ਕੇ ਗੱਲ ਕਰਵਾਉਣੀ ਪਊਗੀ। ਕੇਂਦਰ ਸਰਕਾਰ ਨੂੰ ਇਸ ਮਸਲੇ ਦੇ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਨਿਭਾਉਣ ਦੀ ਸੁਪਰੀਮ ਕੋਰਟ ਨੇ ਤਾਕੀਦ ਕੀਤੀ ਹੈ। ਹਦਾਇਤ ਦਿੱਤੀ ਹੈ ਅਦਾਲਤ ਨੇ ਮੋਦੀ ਸਰਕਾਰ ਨੂੰ ਕਿਹਾ ਕਿ ਸਾਨੂੰ ਅਗਲੇ 2 ਮਹੀਨਿਆਂ ਦੇ ਅੰਦਰ ਅੰਦਰ ਪੂਰਾ ਹਲਫਨਾਮਾ ਦਿਓ ਕਿ ਤੁਸੀਂ ਐਸਵਾਈਐਲ ਦੇ ਮਸਲੇ ਨੂੰ ਸੁਲਝਾਉਣ ਦੇ ਲਈ ਕੀ ਕੀਤਾ ਹੈ ਉਧਰ ਪੰਜਾਬ ਤੇ ਹਰਿਆਣਾ ਸਰਕਾਰ ਨੇ ਪਾਣੀ ਦੇ ਮਸਲੇ ਨੂੰ ਲੈ ਕੇ ਆਪੋ ਆਪਣੇ ਤਰਕ ਰੱਖੇ ਹਰਿਆਣਾ ਦੀ ਗੱਲ ਕਰ ਲਈਏ ਤਾਂ ਹਰਿਆਣਾ ਨੇ ਅਦਾਲਤ ਦੇ ਵਿੱਚ ਆਪਣਾ ਜਵਾਬ ਦਾਖਲ ਕੀਤਾ ਕਿ ਸਾਡੇ ਕੋਲ ਪਾਣੀ ਨਹੀਂ ਹੈ 40 ਸਾਲ ਪਹਿਲਾਂ ਜਿਹੜਾ ਸਮਝੌਤਾ ਹੋਇਆ ਸੀ ਉਸ ਦੇ ਮੁਤਾਬਿਕ ਸਾਨੂੰ ਪਾਣੀ ਦਾ ਹੱਕ ਹੈ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਜਿਸ ਤੇ ਪੰਜਾਬ ਦੇ ਵਕੀਲ ਨੇ ਵੀ ਜਵਾਬ ਦਿੱਤਾ ਕਿਹਾ ਕਿ 80 ਦੇ ਦਹਾਕੇ ਵਿੱਚ ਜਦੋਂ ਵਾਟਰ ਡਿਸਪਿਊਟ ਐਕਟ ਦੀਨ ਸਮਝਾਤਾ ਹੋਇਆ ਸੀ ਉਸ ਵੇਲੇ ਦੇ ਹਾਲਾਤ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਹੁਤ ਘਟ ਗਿਆ ਹੈ ਦੱਖਣੀ ਪੰਜਾਬ ਵਿੱਚ ਪਾਣੀ ਦੀ ਜ਼ਬਰਦਸਤ ਕਮੀ ਹੈ ਜਿਸ ਵਿੱਚ 40 ਸਾਲ ਪੁਰਾਣੇ ਸਮਝੌਤੇ ਨੂੰ ਲਾਗੂ ਕਰਨਾ ਮੁਸ਼ਕਲ ਹੈ ਪੰਜਾਬ ਵਾਰ-ਵਾਰ ਨਵੇਂ ਇੰਟਰਵਿਊਨਲ ਦੇ ਗਠਨ ਦੀ ਮੰਗ ਕਰ ਚੁੱਕਿਆ ਹੈ ਜੋ ਮੁੜ ਤੋਂ ਪਾਣੀ ਦੀ ਪੜਤਾਲ ਕਰੇ ਪਰ ਹਰਿਆਣਾ ਇਸ ਦੇ ਵਿਰੋਧ ਦੇ ਵਿੱਚ ਹੈ ਦਰਅਸਲ ਪਿਛਲੀ ਸੁਣਵਾਈ ਦੇ ਵਿੱਚ ਕੇਂਦਰ ਸਰਕਾਰ ਨੇ ਵੀ ਹਲਫਨਾਮਾ ਦਾਖਲ ਕਰਕੇ ਦੱਸਿਆ ਸੀ ਕਿ ਕੇਂਦਰ ਦੇ ਵੱਲੋਂ ਦੋਵੇਂ ਸੂਬਿਆਂ ਦੇ ਨਾਲ ਕਈ ਵਾਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ ਤੇ ਹੋਇਆ ਵੀ ਅਜਿਹਾ ਹੀ ਹੈ ਦੋ ਮੀਟਿੰਗਾਂ ਇਸ ਤੋਂ ਪਹਿਲਾਂ ਇਸ ਸਾਲ ਇੱਕ ਪਿਛਲੇ ਸਾਲ ਦੇ ਵਿੱਚ ਹੋ ਚੁੱਕੀ ਹੈ ਪਿਛਲੀ ਮੀਟਿੰਗ ਦੇ ਵਿੱਚ ਕੇਂਦਰੀ ਜਲ ਮੰਤਰੀ ਗਜਿੰਦਰ ਸਿੰਘ ਸ਼ਿਖਾਵਤ ਵੀ ਮੌਜੂਦ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਤਰ ਦੋਵੇਂ ਮੌਜੂਦ ਸਨ ਪਰ ਕੇਂਦਰ ਸਰਕਾਰ ਦੇ ਮੰਤਰੀ ਦੇ ਮੀਟਿੰਗ ਵਿੱਚ ਮੌਜੂਦ ਹੋਣ ਦੇ باوجود ਵੀ ਇਹ ਮਸਲਾ ਹੱਲ ਨਹੀਂ ਹੋਇਆ ਸੀ ਦੋਵੇਂ ਅੜੇ ਹੋਏ ਨੇ ਹਰਿਆਣੇ ਨੇ ਕਿਹਾ ਕਿ ਪਾਣੀ ਲੈਣਾ ਹੀ ਲੈਣਾ ਹੈ ਪੰਜਾਬ ਨੇ ਕਿਹਾ ਕਿ ਸਾਡੇ ਕੋਲ ਦੇਣ ਨੂੰ ਇੱਕ ਬੂੰਦ ਵੀ ਪਾਣੀ ਨਹੀਂ ਹੈ ਨਾਬਾ ਜੇਲ ਬ੍ਰੇਕ ਕਾਂਡ ਨਾਲ ਜੁੜੀ ਵੱਡੀ ਖਬਰ ਹੈ ਪਟਿਆਲੇ ਦੇ ਅਦਾਲਤ ਨੇ 2016 ਦੇ ਨਾਬਾ ਜੇਲ ਦੇ ਵਿੱਚੋਂ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਸਾਰੇ 22 ਦੋਸ਼ੀਆਂ ਨੂੰ 10 ਸਾਲ ਦੀ ਸਖਤ ਕੈਦ ਦੀ ਸਜ਼ਾ ਸੁਣਾਈ ਹੈ 22 ਦੋਸ਼ੀਆਂ ਦੇ ਵਿੱਚ ਦਰਜਨ ਤੋਂ ਵੱਧਤਾ ਗੈਂਗਸਟਰ ਨੇ ਪੁਲਿਸ ਦੀ ਵਰਦੀ ਵਿੱਚ ਆਏ ਗੈਂਗਸਟਰਾਂ ਦੇ ਵੱਲੋਂ ਜੇਲ ਗਾਰਡਨਾਂ ਤੇ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ ਸਨ ਉਸ ਤੋਂ ਬਾਅਦ ਚਾਰ ਗੱਠਿਤ ਗੈਂਗਸਟਰ ਤੇ ਦੋ ਅਤਵਾਦੀ ਫਰਾਰ ਹੋ ਗਏ ਸਨ ਵਧੀਕ ਸੈਸ਼ਨ ਜੱਜ ਐਚਐਸ ਗਰੇਵਾਲ ਨੇ 22 ਜਣਿਆਂ ਨੂੰ ਦੋਸ਼ੀ ਠਰਾਇਆ ਜਾਣ ਤੋਂ 2 ਦਿਨ ਬਾਅਦ ਵੀਰਵਾਰ ਨੂੰ ਸਜ਼ਾ ਦਾ ਐਲਾਨ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਦੇ ਨੌਜਵਾਨ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਸੀ ਜਿਹਦੇ ਵਿੱਚੋਂ 22 ਜਣੇ ਨੇ ਜਿਹੜੇ ਉਹ ਦੋਸ਼ੀ ਕਰਾਰ ਦਿੱਤੇ ਗਏ ਸਨ ਤੇ ਬਾਕੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਪੰਜਾਬ ਦੀਆਂ ਟੌਪ ਨਿਊਜ਼ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਖਬਰਾਂ ਦੇ ਨਾਲ ਧੰਨਵਾਦ